लेके वोटां सब टप गए। ये लक्कड़ का मुंडा दे देंगे ना रोवे ना हसे। जिमीदारों सब कुछ माफ करता, कर्जे माफ करते, गरीब नू की माफ करेगा? इंसान है पर पैसा किसी का नहीं मरूगा। साडे तां मर रहे ने जी, हले तक भी नहीं आई। 2 महीने हो गए जी खाल कढ़े नूं, हले 1 रुपया नहीं पाया। गंद च हथ मारेगा, 1 रुपया नहीं पाया। सरकारां लक्कड़ दे मुंडे देख के लंघ जांदियां ने, पहलां भी सरकार आईयां ने, इह भी ने। ना रोवे ना हसे, बस वो देख के लंघ जांदे ने। पेंशन कहते सीगे 2500 रुपया पेंशन देवांगे, मिल गई। पहला भी कटती साडी तां मिलनी दा की थी, पहला मिलती थी। धोखा हो गया, धोखा कहते पिछे गल करके आए हैं, कहते धोखा हो गया। हुण सानू कोई पेंशन नहीं मिलती, सानू कोई नरेगा का पैसे नहीं मिलता, खप के आ जाने। जिन्ने दिन लगे ने असीं अड्डो अड्डो गिणा दिंदे वी कित्थे कित्थे लगे ने। नहरां दे खाल कढ़े ने, 3 हफ्ते तां उधर लगे ने, आ सड़कां ते लाए ने, 3 महीनिआं दे पैसे नहीं पाए। गल कम मेरे, मैं केबल ऐ लै, मैं तैनूं आपदी गल करदा, किसे दी नहीं कहिंदा। असीं नरेगा दे विच संगरूर धरना लाए थी, साढ़े गरीबां ने ਉਹ ਪਏ ਨੇ ਹਸਪਤਾਲਾਂ 'ਚ ਮਾਰ ਮਾਰ ਡਾਂਗਾ। ਭਗਵੰਤ ਸਿੰਘ ਮਾਨ ਕਹਿੰਦੇ ਸੀਗੇ ਕੋਈ ਧਰਨਾ ਨਹੀਂ ਲੱਗੂਗਾ ਸਾਡੀ ਸਰਕਾਰ ਦੇ ਵਿੱਚ। ਧਰਨਾ ਸੀ ਨਰੇਗਾ ਦੇ ਬਾਰੇ ਲਾਇਆ, ਸਾਨੂੰ ਪੈਸਾ ਨਹੀਂ ਪੈਂਦਾ, ਤਾਂ ਲਾਇਆ ਸੀ। ਉਹ ਮਾਰ ਮਾਰ ਡਾਂਗਾ ਸਾਡੇ ਗਰੀਬਾਂ ਪੈਸੇ ਸੁੱਟ ਕੇ ਜੱਟਾਂ ਧਰਨਾ ਲਓ, ਉਹਨਾਂ ਦਾ ਕੁੱਟਿਆ ਨਹੀਂ ਸਾਡੇ ਗਰੀਬਾਂ ਦੇ। 1 ਵਾਰੀ ਵੀ ਲੱਗਿਆ, ਪਹਿਲਾਂ ਧਰਨਾ ਸੀ ਜਿਹੜੇ ਕੁੱਟਿਆ, ਪਹਿਲੀ ਸਰਕਾਰ ਆ ਜਿਹੜੀ ਨੇ ਗਰੀਬ ਕੁੱਟੇ ਨੇ, ਹਾਲ ਤੱਕ ਕਿਸੇ ਸਰਕਾਰ ਨੇ ਗਰੀਬ ਨਹੀਂ ਕੁੱਟਿਆ। ਪਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹੀ ਸਰਕਾਰ ਕਹਿੰਦੀ ਸੀ ਕਿ ਆਮ ਲੋਕਾਂ ਦੇ ਉੱਪਰ ਡਾਂਗ ਨਹੀਂ ਭਰੂਗੀ। ਅਸੀਂ ਆਪ ਕਹਿੰਦੇ ਤੇ ਆ ਵੋਟਾਂ ਪਾਉਣ ਜਿੰਦੇ ਖੜੇ ਨੇ ਸਾਰੇ, ਭਗਵੰਤ ਮਾਨ ਵੋਟਾਂ ਪਾਈਆਂ ਨੇ ਅਸੀਂ ਨੇ, ਅਸੀਂ ਕਿਸੇ ਸਰਕਾਰ ਨੂੰ ਪਾਈਆਂ ਨਹੀਂ, ਅਸੀਂ ਪਾਈਆਂ ਭਗਵੰਤ ਮਾਨ ਨੂੰ। ਸੋਚਦੇ ਹੋ ਵੋਟਾਂ ਪਾਉਣ ਤੋਂ ਬਾਅਦ ਦੇ ਵਿੱਚ ਸਰਕਾਰ ਨੂੰ ਵੋਟ ਹੀ ਨਹੀਂ ਪਾਉਂਦੇ? ਦੁਬਾਰੇ ਵੋਟਾਂ ਪੈ ਜੇ ਪੈਂਦੀਆਂ, ਮੰਨ ਕੇ ਚੱਲੀਏ ਦੁਬਾਰੇ ਵੋਟਾਂ ਪੈਂਦੀਆਂ ਤਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਂਗੇ? ਅਸੀਂ ਤਾਂ ਕਾਂਗਰਸ ਨੂੰ ਨਹੀਂ ਪਾਵਾਂਗਾ, ਸਾਨੂੰ ਵੀ ਅਸੀਂ ਜਾਂ ਅਕਾਲੀਆਂ ਨੂੰ ਪਾਵਾਂਗੇ? ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਹੀ ਨਹੀਂ, ਸਾਡਾ ਕੰਮ ਹੀ ਨਹੀਂ ਕਰੇ ਜੀ ਗਰੀਬ ਜਨਤਾ ਦਾ, ਕੀ ਕਰੇਗਾ ਜੀ ਉਹਨਾਂ ਨੇ? ਹਰਪਾਲ ਚੀਮੇ ਨੂੰ ਬਹੁਤ ਜ਼ੋਰ ਲਾ ਕੇ ਜਿੱਤਿਆ ਸਾਡੇ ਪਿੰਡਾਂ ਨੇ, ਪਰ ਜਦੋਂ ਕਿਤੇ ਮੀਟਿੰਗ ਬੁਲਾਈ ਸੀ ਉਹਨੇ ਨਾ ਪਿੰਡ ਦੇ ਵਿੱਚ, ਇੱਕ ਘਰ ਦੇ ਆਇਆ ਸਾਡੇ, ਕਿਹੜਾ ਘਰ ਨਹੀਂ ਸੀ ਜਿਹਨੇ ਬਈ ਵੋਟਾਂ ਮਿਲਦਾ ਸਾਡੇ ਘਰ ਘਰ ਆ ਕੇ ਖੜਦੇ ਨੇ ਇਹ। ਉਦੋਂ ਵੀ ਚਾਹੀਦਾ ਇਹਨਾਂ ਨੂੰ ਵੀ ਸਾਡੇ ਘਰ ਨੇ, ਸਾਡੇ ਨਾ ਆਉਣ ਵੋਟਾਂ ਮੰਗਣ, ਉਦੋਂ ਸਾਡੀਆਂ ਵੋਟਾਂ ਮਿੱਠੀਆਂ ਹੋ ਜਾਂਦੀਆਂ ਨੇ, ਉਦੋਂ ਬਾਅਦ ਅਸੀਂ ਜ਼ਹਿਰ ਵਰਗੇ ਲੱਗਦੇ ਹਾਂ। ਉਹੀ ਸਰਕਾਰ ਆ ਗਈ, ਉਹੀ ਹਰਪਾਲ ਚੀਮੇ ਹੋਰੀ ਨੇ ਜਿਹੜੇ ਸਾਡੇ ਘਰੇ ਆਉਂਦੇ ਸੀ, ਹੁਣ ਕਿਹੜਾ ਸਾਡੇ ਨੂੰ ਅਸੀਂ ਦਿੰਦੇ ਨਹੀਂ ਉਹਨਾਂ ਨੂੰ ਬਈ। ਸਿਕਿਉਰਿਟੀ ਨੂੰ ਲੈ ਕੇ ਜਿਹੜਾ ਤੰਜ ਕੱਸਦੇ ਹੁੰਦੇ ਸੀਗੇ ਕਾਂਗਰਸ ਦੇ ਉੱਪਰ, ਕਦੇ ਅਕਾਲੀ ਦਲ ਦੇ ਉੱਪਰ ਕਿ ਸਿਕਿਉਰਿਟੀ ਆ ਲਈ ਫਿਰਦੇ ਆ, ਤਾਂ ਹੁਣ ਆਪਦੇ ਕੋਲ ਸਿਕਿਉਰਿਟੀ ਹੈ? ਇੱਕ ਭਗਵੰਤ ਸਿੰਘ ਮਾਨ ਕਹਿੰਦੇ ਹੁੰਦੇ ਸੀਗੇ ਗੁਰੂ ਘਰਾਂ ਦੇ ਵਿੱਚ ਕੋਈ ਡਰ ਨਹੀਂ ਹੈ, ਉੱਥੇ ਸਿਕਿਉਰਿਟੀ ਲੈ ਜਾਣ ਦਾ ਕੋਈ ਮਤਲਬ ਨਹੀਂ ਬਣਦਾ। ਆਪ ਫਤਿਹਗੜ੍ਹ ਸਾਹਿਬ ਗਏ ਆ ਲੋਕਾਂ ਦੀ ਵਾਰ ਕਿ ਉੱਥੇ ਸਿਕਿਉਰਿਟੀ ਫਿਰ ਕਿਉਂ ਲੈ ਕੇ ਗਏ ਲੋਕ ਕਹਿ ਰਹੇ ਆ? ਬਈ ਆਪਦੇ ਡਰ ਨੂੰ ਲੈ ਕੇ ਗਿਆ, ਆਪਦੇ ਬਾਰ ਮੂਹਰੇ ਸਿਕਿਉਰਿਟੀ ਲਾ ਰੱਖਿਆ। ਜੇ ਉਹ ਦੂਸਰਿਆਂ ਦੀ ਸਿਕਿਉਰਿਟੀ ਹਟਾ ਸਕਦਾ ਤਾਂ ਆਪਦੀ ਵੀ ਹਟਾਵੇ।